ਦਾ ਵੀ ਸਵੇਰ ਹੋ ਗਈ ਨਾਲੇ ਆਪਣੇ ਵਲੌਗ ਦੀ ਸਟਾਰਟਿੰਗ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਬਸ ਮੈਂ ਬਾਲ ਬੋਲ ਖੋਲੀ ਬੈਠਾ ਲੱਗਦਾ ਪਰਨਾ ਪਰਨਾ ਬੰਨਣਾ ਉੱਠੇ ਆਏ ਤਾਂ ਉਹਨੇ ਬਰੇਲੀ ਚੱਲਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਆਹ ਕੱਲ੍ਹ ਆਪਾਂ ਡੋਰੀਆਂ ਲਿੱਤੀਆਂ ਵੀ ਦਿਖਾਊਂਗਾ ਤੁਹਾਨੂੰ ਰਾਤ ਤਾਂ ਦਿਖਾਈਆਂ ਨਹੀਂ ਕਿੱਥੋਂ ਲਿੱਤੀਆਂ ਪਿਛਲੇ ਵਲੌਗ 'ਚ ਪਤਾ ਅਤੇ ਚੱਲਾਂਗੇ ਹੁਣ ਬਰੇਲੀ ਨਾਲੇ ਡੋਰੀਆਂ ਲਾਵਾਂਗੇ ਨਾਲੇ ਇੰਜਣ ਦਾ ਪੈਰ ਆਪਣਾ ਉਹ ਪਾਉਂਦੇ ਹਾਂ ਨਾਲੇ ਦੋ ਚੱਕੇ ਗਰੀਸ ਕਰਾਉਂਦੇ ਹਾਂ ਮੂਹਰਲੇ ਚੱਕੇ ਦੇ ਲੈਦਰ ਪੈਣ ਵਾਲੇ ਕਰ 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 ਕਰੀ ਜਾਂਦੇ ਨੇ ਜਾਂ ਬ੍ਰੇਕਾਂ ਮਾਰਦੇ ਹਾਂ ਚਲੋ ਕੋਈ ਨਹੀਂ ਪਹਿਲਾਂ ਉੱਠਦੇ ਹਾਂ ਪਰਨਾ ਪੁਰਨਾ ਮੰਨ ਲਈਏ ਫਿਰ ਮਿਲਦੇ ਹਾਂ ਤੁਹਾਨੂੰ ਉਦੋਂ ਬਰੇਲੀ ਜਾ ਕੇ ਹੀ ਮਿਲਦੇ ਉੱਥੇ ਜਾ ਕੇ ਦਿਖਾਊਂਗਾ ਤੁਹਾਨੂੰ ਬਰੇਲੀ ਆ ਗਏ ਪਿਛਲਾ ਵੀ ਟੁੱਟ ਗਿਆ ਕਨੈਕਟਰ ਸਾਈਡ ਦਾ ਅਗਲਾ ਤਾਂ ਟੁੱਟੇ ਹੀ ਟੁੱਟਿਆ ਪਿਛਲਾ ਵੀ ਗਿਆ ਦਸ ਦੇ ਕੋਲ ਤਾਂ ਪੱਤੀ ਨਹੀਂ ਸੀ ਅਗਲੇ ਪੈਰ ਦੇ ਥੱਲੇ ਜਿਹੜੀ ਹੁੰਦੀ ਆ ਤਾਂ ਹੀ ਮੇਲਾ ਦਿੰਦੇ ਪੈਰ ਤੋੜਦੀ ਆ ਉਹ ਨਿਕਲ ਗਿਆ ਨਾ ਢਿੱਲੇ ਹੋਣ ਕਰਕੇ ਵੀ ਤੋੜਤਾ ਪਿਛਲਾ ਵੀ ਤੀਜਾ ਵੀ ਨਿਕਲਿਆ ਮੂਰਲਾ ਵੀ ਗਿਆ ਇੱਕ ਹੋਰ ਇੱਧਰਲਾ ਪਿਆ ਡਰਾਈਵਰ ਸਾਈਡ ਦਾ ਕਨੈਕਟਰ ਸਾਈਡ ਦਾ ਪਿਛਲਾ ਤਿੰਨ ਪੈਰ ਗਏ ਇੱਧਰਲਾ ਤਾਂ ਅੱਧੇ ਦੀ ਵਜ੍ਹਾ ਨਾਲ ਗਿਆ ਉਹ ਪੈਰ ਬਾਹਰ ਨਿਕਲ ਗਿਆ ਉਹਦੇ ਕਰਕੇ ਘੁੰਮ ਗਿਆ ਇੰਜਣ ਜ਼ਿਆਦਾ ਚਲ ਕੋਈ ਨਹੀਂ ਤਿੰਨੇ ਪੈ ਜਾਣਗੇ ਹੁਣ ਪਹਿਲਾਂ ਚੱਕਾ ਖੁੱਲ੍ਹ ਗਿਆ ਮੂਰਲੇ ਦੋ ਚੱਕੇ ਗਰੀਸ ਕਰਾਵਾਂਗੇ ਬਸ ਤਾਂ ਪਿਛਲੇ ਵੀ ਕਰਾਉਣੇ ਸੀ ਪੈਰਾਂ 'ਤੇ ਪੈਸੇ ਬਹੁਤ ਲੱਗ ਗਏ ਤਿੰਨੇ ਬਦਲੇ ਗਏ ਚਲੋ ਵੀ ਦੋ ਛੋਟੇ ਪੈਰਾਂ ਵੀ ਗਏ ਮੂਰਲੇ ਚੱਕੇ ਦੇ ਲੈਣ ਆਏ ਸੀ ਮਿਲ ਗਏ ਚੱਲ ਕਬਾੜੀਏ ਤੋਂ ਸਸਤੇ 'ਚ ਸਰ ਗਿਆ ਲੈਦਰ ਗਲਤ ਆ ਗਏ ਬਦਲਣ ਚੱਲੇ ਆ ਲੈਦਰ ਖੜੇ ਆ ਦੁਕਾਨ 'ਤੇ ਚੇਂਜ ਕਰਾਉਣਾ ਮੈਟ ਪਏ ਨੇ ਸਾਰਾ ਸਮਾਨ ਮਿਲੇਗਾ ਉਹਦੇ ਚੁੱਲ੍ਹਾ ਪਿਆ ਟੁੱਟਣੀ ਵਾਲਾ ਲੈਦਰ ਨੂੰ ਮਿਲ ਲੈਂਦੀ ਚੱਕੇ ਕੇ ਲੈਦਰ ਲੱਗੀ ਦੋਨੋਂ ਚੱਕਾਂ ਛੋਟੇ ਪੈਰਾਂ ਅਤੇ ਹੁਣ ਸਾਈਜ਼ ਬਣਨ ਵੀ ਗਿਆ ਇਹਦਾ ਪਰਲੇ ਦਾ ਵੀ ਗਿਆ ਕੱਪਾਂ ਦਾ ਸਾਈਜ਼ ਬਣ ਗਿਆ ਇਹਦਾ ਵੀ ਸਾਈਜ਼ ਬਦਲਣ ਬਣਨ ਗਿਆ ਕੱਪ ਦਾ ਕੱਪ ਘੁੰਮੇ ਦੀ ਥੋੜ੍ਹੇ ਜਿਹੇ ਤੂੰ ਵੈਸੇ ਘੁੰਮੇ ਲੈਣ ਦੀ ਟਾਇਰ ਵੀ ਨਹੀਂ ਖਾਰੇ ਸੀ ਵੀ ਬਣਵਾਈ ਦਿੰਦੇ ਇਹਦਾ ਸਾਈਜ਼ ਵੀ ਕੱਪ ਦਾ ਸਾਈਜ਼ ਦੋਨੋਂ ਗਏ ਨੇ ਅਤੇ ਇੱਧਰਲਾ ਡਰੰਮ ਵੀ ਗਿਆ ਸਾਈਜ਼ ਹੁਣ ਕੱਟ ਲੱਗਣ ਥੋੜ੍ਹੇ ਡਰੰਮ ਦੇ ਦੇਖਦੇ ਪਿਛਲਾ ਚੱਕਰ ਕਰਾਉਂਦੇ ਕਿ ਨਹੀਂ ਲੱਗਣ ਦਾ ਦੇਖਦੇ ਕੀ ਬਣਦਾ
ਵੀ ਚੱਕਾ ਤਾਂ ਆ ਗਿਆ ਪਿੱਛ ਉੱਚਾ ਰਹਿ ਗਿਆ ਤੋ ਵੀ ਕੰਮ ਤਾਂ ਹੋ ਗਿਆ 4400 ਦਾ ਤਾਂ ਉੱਥੋਂ ਸਪੇਅਰ ਪਾਰਟ ਤੋਂ ਸਮਾਨ ਆਇਆ ਤੇ ਹੋਰ ਲੇਬਰ ਦਿੱਤੀ ਆ ਬਾਪੂ ਨੇ ਤਾਂ ਨਹੀਂ ਦਿੱਤੀ ਆ ਜਿਹਦੇ ਵਿੱਚ ਤਿੰਨ ਪੈਰ ਨੇ ਤੇ ਦੋ ਚੱਕੇ ਨੇ ਦੋ ਵਾਇਰਿੰਗ ਨੇ ਵਾਇਰਿੰਗਾਂ ਦਾ ਪਰ ਲੱਗਾ ਤੇ ਲੈਦਰ ਨੇ ਵਿੱਚ ਇਸਕਾ ਤਾਂ ਹੋ ਗਿਆ ਕੰਮ ਇੱਧਰ ਦਾ ਵੀ ਹੋ ਗਿਆ ਟੂ ਚੱਕੇ ਕਰਾਏ ਟੂ ਆ ਦੋ ਰਹਿ ਗਏ ਬਸ ਦੋ ਆ ਰਹਿ ਗਏ ਦੋ ਲਿਫਟ ਵਾਲੇ ਰਹਿ ਗਏ ਇਹ ਵੀ ਕਰਾਵਾਂਗੇ ਅਗਲੇ ਗੇੜੇ ਹੁਣ ਚੱਲਾਂਗੇ ਉਰੋਂ ਮਿੱਟੀ ਭਰਨ ਲੋਡ ਕਰਨੇ ਲਓ ਬਈ ਸਾਰਾ ਖਰਚਾ ਜੋੜ ਜਾੜ ਕੇ 8000 ਰੁਪਏ ਲੱਗ ਗਿਆ ਆਪਣਾ ਦੋ ਚੱਕੇ ਨੇ ਜਿਹਦੇ 'ਚ ਤਿੰਨ ਪੈਰ ਪਾਏ ਨੇ ਅਤੇ ਦੋ ਬੈਰਿੰਗ ਨੇ ਚੱਕਿਆਂ ਦੇ ਛੋਟੇ ਹੋਰ ਗਰੀਬ ਗਰੂਬ ਸਾਰਾ ਕੁਛ ਲਾ ਲੂ ਕੇ 8085 ਰੁਪਏ ਲੱਗਿਆ ਪੈਰ ਥੋੜ੍ਹਾ ਦੂਆ ਵੀ ਤੋੜਤਾ ਉਹਨੇ ਪਹਿਲੇ ਕਰਕੇ ਦੂਆ ਗਿਆ ਦੂਏ ਪਿਛਲਾ ਪੈਰ ਮੂਰਲੇ ਪੈਰ ਕਰਕੇ ਗਿਆ ਇੱਕ ਬੱਚਿਆ ਪਿਛਲਾ ਚੱਲ ਪਿਛਲਾ ਪੈਰ ਤਾਂ ਅਸੀਂ ਦੇਖਿਆ ਹੀ ਹੈ ਜ਼ਮੀਨ ਲੱਗੇ ਹੋ ਗਿਆ ਜੀ ਮੂਰਲੇ ਨੱਟ ਟੁੱਟ ਗਿਆ ਜੀ ਚਲੋ ਹੁੰਦਾ ਰਹਿੰਦਾ ਜੇ ਚੱਲਣੀਆਂ ਤਾਂ ਖਾਣਗੀਆਂ ਵੀ ਹੁਣ ਚੱਲਦੇ ਹਾਂ ਰੋਂਪਾ ਦਾ ਮਿੱਟੀ ਉਹ ਬਣੀ ਆਪਣੀ ਮਿੱਟੀ ਭਰ ਲਾਂਗੇ ਹੁਣ ਸ਼ਾਮ ਨੂੰ ਉੱਥੇ ਰਾਤ ਸਵੇਰੇ ਸਵੇਰੇ ਭਰ ਦਿੰਦੇ ਨੇ ਕੱਲ੍ਹ ਨੂੰ ਸਵੇਰੇ ਨਿਕਲੂਗੀ ਗੱਡੀ ਲਾਲ ਪੱਲਾ ਉਰੋਂ ਨਿਕਲਦੇ ਹਾਂ ਬੰਦਰ ਕਹੇਗਾ ਕਿ ਲੜਦੇ ਫਿਰਦੇ ਨੇ ਹਲੇ ਥੋੜੇ ਲੜਦੇ ਪਏ ਉਹ ਲੰਘੇ ਅੱਧੇ ਕਿਤੇ ਉਹ ਵਿਕਣੇ ਨਹੀਂ ਉਹ ਬੈਠੇ ਨੇ ਹੁਣ ਲੜਦੇ ਪਏ ਦੀ ਉਹਦੇ ਬਰੇਲੀ ਆਣਾ ਇਹਨਾਂ ਤੋਂ ਬਚ ਕੇ ਰਹਿਣਾ ਪੈਣਾ ਇਹਨਾਂ ਨੂੰ ਸਾਲਾਂ ਟਾਕੀ ਖੋਲਣੀ ਹੁੰਦੀ ਆ ਆ ਕੇ ਟਾਕੀ 'ਤੇ ਲੜਕੇ ਜਾਂਦੇ ਨੇ ਇਹ ਖੁੱਲ੍ਹੀ ਜਾਂਦੀ ਆ ਟਾਕੀ ਇਹਨਾਂ ਨੂੰ ਪਤਾ ਲੱਗ ਗਿਆ ਕਿਸੇ ਨੇ ਕਿਸੇ ਤੋਂ ਖੁੱਲ੍ਹ ਗਈ ਹੋਣੀ ਲੜਕੇ ਆਉਣਾ ਸਾਲਾਂ ਟਾਕੀ ਖੁੱਲ੍ਹੀ ਜਾਂਦੀ ਆ ਇੱਕ ਦਿਨ ਦੇਖ ਕੇ ਉਹਦਾ ਡੱਬਾ ਪਿਆ ਤੇ ਚੱਕ ਕੇ ਲੈ ਗਏ ਦੀ ਇੱਕ ਦਿਨ ਸ਼ੱਕਰ ਦਾ ਡੱਬਾ ਪਿਆ ਤੇ ਅੰਦਰ ਉਹ ਚੱਕ ਕੇ ਲੈ ਗਈ ਸਾਲੇ ਇੱਕ ਗੱਡੀ ਵਾਲਾ ਤਾਂ ਨੂਣ ਵਾਲਾ ਲੈ ਕੇ ਤੀ ਉਰੇ ਨੂਣ ਪਿਆ ਹੋਣਾ ਕਿਤੇ ਪਰ ਉਹ ਬਚ ਗਿਆ ਨੂਣ ਸਾਲਿਆਂ ਨੇ ਕਾਇਆ ਸਿੱਟਤਾ ਇਹਨਾਂ ਨੂੰ ਸਾਲਿਆਂ ਨੂੰ ਟਾਕੀ ਖੋਲ੍ਹਣੀ ਹੁੰਦੀ ਆ ਗੱਡੀ ਦੀ ਜੁੱਤੀ ਪੈਰਾਂ ਦੀ ਬਣਾ ਲੈ ਪੂਰੀ ਲਹਿਰ ਫੜਦੇ ਬੰਦੇ ਜਿਗਰੇ ਵਾਲੇ ਆ ਸਾਡੇ ਨਾਲ ਖੜਦੇ ਨੀ ਤਿੰਨ ਢਲਦੇ ਹੀ ਤੂੰ ਜੇ ਸ਼ੁਰੂ ਦਿਨ ਬੱਲੀ ਕਿੰਨੇ ਟੱਕ ਨੇ ਪਿੰਡੇ ਤੇ ਨਾ ਤੂੰ ਕਿਣ ਬੱਲੀ ਹੋਇਆ ਪੈਲ ਪੂਣਾ ਕਰਦੇ ਨੂੰ ਚਿਰ ਬੱਲੀ ਮਿੰਟ ਲੱਗਦਾ ਨੀ ਖੋਲਦਾ ਹੀ ਸਿਰ ਬੱਲੀ ਦੇਖਾਂਗੇ ਉਹਨੂੰ ਦੇ ਦਾਂਗੇ ਦੂਏ ਨੂੰ 85-85 ਨੂੰ ਬੰਨ ਦਾਂਗੇ ਉਹਦੇ ਫਿਰ ਸ਼ੀਸ਼ਾ ਜੜੀ ਜਾਂਦੀ ਆ ਚਲੋ ਵੀ ਉਹ ਤਾਂ ਆ ਗਏ ਸੀਗੇ ਹੁਣ ਚਾਹ ਜੂ ਪੀਣੀ ਆ ਗੱਡੀ ਤਾਂ ਸ਼ਾਮ ਨੂੰ ਅੰਦਰ ਆਊਗੀ ਸਵੇਰੇ ਨਿਕਲੂਗੀ ਭਰ ਕੇ ਲਓ ਵੀ ਪਰਾਂਦੀਆਂ ਬੰਨਣੇ ਵਾਲੀ ਲੰਬੇ ਵਾਲੀ ਜਿਹੜੀ ਲੈ ਤੀ ਜੇ ਛੋਟੇ ਵਾਲੀ ਦੂਈ ਨੂੰ ਬੰਨ ਦਾਂਗੇ
ਆਲੀ ਤਾਰ ਲਈ ਪਹਿਲਾਂ ਇਹ ਵਾਲੀ ਇੱਕ ਪਿੱਛੇ ਮੰਦਾਂਗੇ ਪਰ ਇਹ ਦੂਜੀ ਲੱਗੀ ਵੀ ਇੱਧਰ ਦੂਜੀ ਲੱਗੀ ਵੀ ਆ ਲੋ ਵੀ ਆ ਨਵੀਆਂ ਪ੍ਰਾਂਤੀਆਂ ਬਣ ਚੁੱਕੀਆਂ ਦੱਸੋ ਫਿਰ ਕਿੱਦਾਂ ਲੱਗਦੀਆਂ ਨੇ ਪੁਰਾਣੀ ਵਾਲੀ ਬਣਤੀਆਂ ਨਵੀਆਂ ਉੱਪਰ ਮੰਨੀਆਂ ਲੁੱਕ ਚੈੱਕ ਕਰੋ ਉਹਨੂੰ ਕਿਵੇਂ ਲੱਗਦੀ ਆ ਦੋ ਪ੍ਰਾਂਤੀਆਂ ਹੋ ਗਈਆਂ ਹੋਰ ਦੋ ਥੱਲੇ ਦੋ ਉੱਪਰ ਹੋ ਗਈਆਂ ਖੱਬੇ ਪੰਜ ਹੋ ਗਈਆਂ ਤਿੰਨ ਪਿੱਛੇ ਹੋ ਗਈਆਂ ਇੱਕ ਪਿੱਛੇ ਹੋਰ ਬਣਤੀ ਜੱਜੂਗੀ ਠੀਕ ਹੈ ਨਹੀਂ ਆਪਾਂ ਤਾਰ ਦਾਂਗੇ ਫਿਰ ਦੱਸਿਓ ਕਮੈਂਟ ਕਰਕੇ ਵੀ ਜੱਚਦੀ ਹੈ ਕਿ ਨਹੀਂ ਜੱਚਦੀ ਜੇ ਕਹੋਗੇ ਤਾਂ ਪਤਾ ਦਾਂਗੇ ਕਿ ਉਹ ਥੱਲੇ ਬੰਦੀ ਹੋਈ ਆ ਪਿੱਛੋਂ ਚੈੱਕ ਕਰਾਂਗਾ ਇੱਕ ਵਾਰ ਦੋ ਸੱਟਾਂ ਦੇ ਇੱਕ ਗੱਬੇ ਬਣਤੀ ਇੱਕ ਰਹਿੰਦੀ ਸੀ ਮੈਂ ਯਾਰ ਪਈ ਉਹ ਖਰਾਬ ਹੋ ਜਾਣੀ ਆ ਇਹ ਵੀ ਬੰਦੇ ਦੀ ਇਹ ਦੋ ਜਿਹੜੀ ਨਵੀਆਂ ਲੀਆਂ ਛੋਟੇ ਵਾਲੀਆਂ ਉਹ ਆਪਣੀਆਂ ਅੰਦਰ ਪਈਆਂ ਦੋ ਹੀ ਗੱਡੀ ਨੂੰ ਬੰਦਾਂਗੇ ਲੋ ਵੀ ਪੰਗਾ ਪੈ ਗਿਆ 9 ਵੱਜ ਗਏ ਗੱਡੀ ਅੰਦਰ ਹੋਈ ਨਹੀਂ ਉਹ ਵੀ ਸਾਲਾ ਮਾਰਚ ਦੇ ਮਹੀਨੇ ਕਰਕੇ ਪੰਗਾ ਹੀ ਰਹਿੰਦਾ ਬਸ ਕੋਈ ਹਿਸਾਬ ਕਿਤਾਬ 'ਚ ਗੜਬੜ ਹੋ ਗਈ ਸਾਲਾਂ ਦੇ ਪਤਾ ਨਹੀਂ ਸਵੇਰੇ ਲੈਣਗੇ ਕਿ ਨਹੀਂ ਕਿਤੇ ਹੋਰ ਜਾਣਾ ਪੈਣਾ ਨਹੀਂ ਫਿਰ ਹੁਣ ਤਾਂ ਬਸ ਫਿਰ ਸੌਂਦੇ ਹਾਂ ਸਵੇਰੇ ਦੇਖਦੇ ਮੈਂ ਉਹਦਾ ਲੋ ਵੀ ਸਵੇਰ ਹੋ ਗਈ ਨਿਕਲਿਆ ਉੱਠਦਾ ਕਰਦੇ ਅਤੇ ਦੇਖਦੇ 9 ਵਜੇ ਆਊਗਾ ਜੇ ਆਇਆ ਤਾਂ ਕੰਡਾ ਕਰਾਉਣ ਜੇ ਆ ਗਿਆ ਤਾਂ ਠੀਕ ਆ ਨਹੀਂ ਫਿਰ ਕਿਤੇ ਹੋਰ ਦੇਖਾਂਗੇ ਪ੍ਰੋਗਰਾਮ ਲਓ ਵੀ ਆ ਵਲੋਗ ਦੀ ਐਂਡਿੰਗ ਆਪਾਂ ਉਹ ਹੀ ਕਰ ਦਿੰਦੇ ਹੁਣ ਵੈਸੇ ਵੀ ਸਵੇਰ ਹੋ ਗਈ ਵਲੋਗ ਐਡਿਟ ਵੀ ਕਰਨਾ ਹੁੰਦਾ ਪਾਉਣਾ ਵੀ ਹੁੰਦਾ ਫਿਰ ਸ਼ਰਕਲ ਜਿਹਾ ਹਿੱਲੀ ਜਾਂਦਾ ਸ਼ਰਕਲ ਸ਼ਰਕਲ ਹਿੱਲ ਗਏ ਫਿਰ ਔਖਾ ਹੋ ਜਾਂਦਾ ਕਰਕੇ ਆਪਾਂ ਇਹਦੀ ਐਂਡਿੰਗ ਵੀ ਕਰ ਦਿੰਦੇ ਹਾਂ ਗੱਡੀ ਲੋਡ ਕਰਾਂਗੇ ਤਾਂ ਉਦੋਂ ਜਾਵਾਂਗੇ ਜਾਂ ਉਦੋਂ ਕਿਤੇ ਹੋਰ ਜਾਵਾਂਗੇ ਉਹ ਤੁਹਾਨੂੰ ਅਗਲੇ ਵਲੋਗ 'ਚ ਦੇਖਣ ਨੂੰ ਮਿਲੂਗਾ ਜੇ ਵਲੋਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਬਸਕ੍ਰਾਈਬ ਕਰ ਲਿਓ ਜੇ ਉਹਦੇ ਤੱਕ ਤੁਸੀਂ ਵੀਡੀਓ ਚੈੱਕ ਕਰ ਲਈ ਅਤੇ ਹੁਣ ਤੁਹਾਨੂੰ ਮਿਲਦੇ ਹਾਂ ਨਵੇਂ ਵਲੋਗ ਦੇ ਨਾਲ